ਸਰੀ ਦੇ ਵਿੱਚ ਪੁਲਿਸਿੰਗ ਇੱਕ ਵੱਡਾ ਮਸਲਾ ਬਣਿਆ ਹੋਇਆ ਜਿਸ ਨੂੰ ਲੈ ਕੇ ਬਿਆਨਬਾਜ਼ੀ جاری ਹੈ ਪਰ ਲੋਕਾਂ ਵਿੱਚ ਇਹ ਚਰਚਾ ਬਣੀ ਹੋਈ ਹੈ ਕਿ ਪੁਲਿਸ ਦੇ ਮੁੱਦੇ ਤੋਂ ਇਲਾਵਾ ਬਾਕੀ ਮਸਲਿਆਂ ਉੱਪਰ ਸਿਟੀ ਵੱਲੋਂ ਕਦੋਂ ਧਿਆਨ ਕੇਂਦਰਿਤ ਕੀਤਾ ਜਾਵੇਗਾ ਇਸ ਬਾਰੇ ਚੈਨਲ ਪੰਜਾਬੀ ਵੱਲੋਂ ਕਾਉਂਸਲਰ ਮਨਦੀਪ ਸਿੰਘ ਨਾਲ ਨਾਗਰ ਦੇ ਨਾਲ ਖਾਸ ਗੱਲਬਾਤ ਕੀਤੀ ਗਈ ਹੈ ਸਰੀ ਦੇ ਵਿੱਚ ਪੁਲਿਸ ਤਬਦੀਲੀ ਇਸ ਸਮੇਂ ਇੱਕ ਵੱਡਾ ਮਸਲਾ ਬਣਿਆ ਹੋਇਆ ਹੈ ਪਿਛਲੇ ਦਿਨੀ ਮੇਅਰ ਵੱਲੋਂ ਇੱਕ ਬਿਆਨ ਦਿੱਤਾ ਗਿਆ ਹੈ ਕਿ ਜੇਕਰ ਸਰੀ ਪੁਲਿਸ ਆਉਂਦੀ ਹੈ ਤਾਂ ਉਹਦੇ ਨਾਲ ਟੈਕ ਜਿਹੜੇ ਟੈਕਸ ਨੇ ਪ੍ਰਾਪਰਟੀ ਟੈਕਸ ਨੇ ਉਹ 55% ਤੱਕ ਵੀ ਵੱਧ ਸਕਦੇ ਨੇ ਸੋ ਇਸ ਬਿਆਨ ਨੂੰ ਕਿਸ ਨਜ਼ਰੀਏ ਦੇ ਨਾਲ ਲਿਆ ਜਾਵੇ ਇਸ ਬਾਰੇ ਗੱਲਬਾਤ ਕਰਨ ਲਈ ਕੌਂਸਲਰ ਮਨਦੀਪ ਸਿੰਘ ਨਾਗਰਾ ਸਾਡੇ ਨਾਲ ਨੇ ਨਾਗਰਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਚੈਨਲ ਪੰਜਾਬੀ ਤੇ ਹਾਂਜੀ ਤੁਹਾਨੂੰ ਤੇ ਤੁਹਾਡੇ ਸਾਰੇ ਦੇਖਣ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਹਾਂਜੀ ਜੀ ਨਾਗਰਾ ਸਾਹਿਬ ਮੇਅਰ ਇਹ ਗੱਲਬਾਤ ਕਰ ਰਹੇ ਕਿ ਪ੍ਰਾਪਰਟੀ ਟੈਕਸ ਜਿਹੜੇ ਉਹ 55% ਤੱਕ ਵੱਧ ਜਾਣੇ ਆ ਕਿਵੇਂ ਲੈਣਿਓ ਇਸ ਬਿਆਨ ਨੂੰ ਇੱਕ ਜਿਹੜੀ ਗਲਤ ਇਨਫੋਰਮੇਸ਼ਨ ਬਾਹਰ ਭੇਜ ਕੇ ਇੱਕ ਡਰ ਜਿਹੜਾ ਆ ਪਬਲਿਕ ਦੇ ਵਿੱਚ ਕ੍ਰੀਏਟ ਕਰਨ ਦੀ ਟਰਾਈ ਹੋ ਰਹੀ ਆ ਕਿ ਅਸੀਂ ਇਹਨਾਂ ਡਰਾ دیے ਕਿ ਇਹ ਫਾਈਨੈਂਸ਼ਲੀ ਇੰਨੇ ਵੱਡੇ ਇੰਪੈਕਟ ਹੋਣਗੇ ਆਮ ਲੋਕਾਂ ਦੇ ਆਮ ਘਰਾਂ ਦੇ ਜਿਹੜੇ ਪ੍ਰਾਪਰਟੀ ਟੈਕਸਸ ਹੈ ਉਹ ਇੰਨੇ ਜ਼ਿਆਦਾ ਵੱਧ ਜਾਣਗੇ ਕਿ ਕਿ ਅਫੋਰਡੇਬਿਲਿਟੀ ਤੋਂ ਬਾਹਰ ਹੋ ਜਾਊਗਾ ਤਾਂ ਕਿ ਲੋਕ ਪੈਨਿਕ ਹੋ ਜਾਣ ਤਾਂ ਕਿ ਲੋਕ ਕਹਿਣ ਲੱਗ ਜਾਣ ਕਿ ਸਾਨੂੰ ਸਰੀ ਪੁਲਿਸ ਨਹੀਂ ਚਾਹੀਦੀ ਇਹ ਬਿਲਕੁਲ ਹੀ ਜਿਹੜੀ ਇਹ ਗਲਤ ਇਨਫੋਰਮੇਸ਼ਨ ਹੈਗੀ ਆ ਸੋ ਜੋ ਸਿਟੀ ਆਫ ਸਰੀ ਦੇ ਜਿਹੜੇ ਸਟਾਫ ਵੱਲੋਂ ਫਾਈਨੈਂਸ ਡਿਪਾਰਟਮੈਂਟ ਵੱਲੋਂ ਰਿਪੋਰਟ ਲਿਖੀ ਗਈ ਸੀਗੀ ਉਹ ਜਿਹੜੀ ਰਿਪੋਰਟ ਪ੍ਰੋਵਿੰਸ ਨੂੰ ਭੇਜੀ ਅਸੀਂ ਕਾਉਂਸਲ ਨੇ ਅਪਰੂਵ ਕੀਤੀ ਮੈਜੋਰਿਟੀ ਕਾਉਂਸਲ ਨੇ ਉੱਤੇ ਵੋਟ ਪਾਈ ਉਹਦੇ ਵਿੱਚ ਬਿਲਕੁਲ ਵੀ ਇਹ ਨੰਬਰਸ ਨਹੀਂ ਸੀਗੇ ਸੋ ਸਟਾਫ ਨੂੰ ਜਦੋਂ ਪੁੱਛਿਆ ਗਿਆ ਸਾਡੇ ਵੱਲੋਂ ਕਿ ਕੀ ਤੁਸੀਂ ਇਸ ਗੱਲ ਦੀ ਸਪੋਰਟ ਕਰਦੇ ਹੋ ਉਹ ਕਹਿੰਦੇ ਕਿ ਇਹ ਜਿਹੜਾ 55% ਜਿਹੜਾ ਟੈਕਸ ਇਨਕਰੀਸ ਹੈ ਇਹ ਸਾਡੇ ਵੱਲੋਂ ਨਹੀਂ ਕੀਤਾ ਗਿਆ ਮੇਅਰ ਲੋਕ ਨੇ ਇਹ ਨੰਬਰ ਕਿੱਥੋਂ ਕੱਢਿਆ ਉਹਨਾਂ ਦੇ ਕੋਲੇ ਨੰਬਰ ਕਿਵੇਂ ਆਇਆ ਇਹ ਉਹਨਾਂ ਤੋਂ ਪੁੱਛਣਾ ਜ਼ਰੂਰ ਆਪਾਂ ਨੂੰ ਚਾਹੀਦਾ ਕਿ ਉਹ ਕਿਦਾਂ ਇੱਕ ਕੇਸ ਬੇਸਿਸ ਤੇ ਕਹਿ ਰਹੇ ਨੇ ਕਿ 55% ਜਿਹੜੀ ਅਟੈਕਸ ਇਨਕਰੀਜ਼ ਹੈ ਉਹ ਸਰੀ ਦੇ ਵਿੱਚ ਹੋ ਜਾਏਗੀ ਬਿਲਕੁਲ ਵੀ ਇਦਾਂ ਦਾ ਕੋਈ ਕੇਸ ਨਹੀਂ ਹੈਗਾ ਸਰੀ ਦੀ ਜਿਹੜੀ ਪੁਲਿਸ ਦੀ ਆਪਣੀ ਕਾਸਟ ਆ ਉਹ ਬਹੁਤ ਸਿਮਿਲਰ ਕਾਸਟ ਆ ਜੋ ਆਪਾਂ ਆਰਸੀਐਮਪੀ ਨੂੰ ਪੇ ਕਰ ਰਹੇ ਆ ਪਿਛਲੇ ਬਹੁਤ ਸਾਲਾਂ ਤੋਂ ਜਾਂ ਫਿਊਚਰ ਦੇ ਵਿੱਚ ਜੋ ਆਰਸੀਐਮਪੀ ਨੂੰ ਪੇ ਕਰਾਂਗੇ ਵੈਰੀ ਸਿਮਿਲਰ ਮੇਬੀ ਥੋੜਾ ਆਉਡ ਸੇ ਕਿ ਸਾਲ ਦਾ ਜੇ ਆਪਾਂ ਦੇਖੀਏ 10 ਮਿਲੀਅਨ ਡਾਲਰ ਜਾਂ 15 ਮਿਲੀਅਨ ਡਾਲਰ ਮੇਬੀ ਜ਼ਿਆਦਾ ਹੋਵੇਗਾ ਜਾਦੀ ਆਫੀਸਰ ਹੋਣਗੇ ਜਾਦੀ ਆਪਣੀ ਇਥੇ ਰਿਲਾਈਅਬਿਲਟੀ ਹੋਏਗੀ ਜਾਦੀ ਕਾਉਂਟੇਬਿਲਟੀ ਹੋਏਗੀ ਜਿਹੜੇ ਆਪਾਂ ਹੁਣ ਕੇਸਸ ਦੇਖ ਰਹੇ ਆ ਕਿ ਸਰੀ ਦੇ ਵਿੱਚ ਫਰਾਈਡੇ ਨਾਈਟ ਨੂੰ ਸਿਰਫ 20 ਆਫੀਸਰ ਜਾਂ 25 ਆਫੀਸਰ ਜਿਹੜੇ ਪੂਰੀ ਸਰੀ ਦੇ ਵਿੱਚ ਪੈਟਰੋਲਿੰਗ ਕਰ ਰਹੇ ਹੁੰਦੇ ਨੇ ਜਾਂ 911 ਦੇ ਕਾਲਸ ਜਾਂਦੀਆਂ ਨੇ ਤੇ ਉੱਥੇ ਪੁਲਿਸ ਪਹੁੰਚਦੀ ਨਹੀਂ ਆ ਸੋ ਉਹਨੂੰ ਬੈਟਰ ਕਰਨ ਵਾਸਤੇ మేబీ تھوڑی جی کاس زیادہ ਹੋएगी 10 अगेन मेबी 10 ملین ڈالر زیادہ ਹੋएगी ਪਰ 55 ਜਿਹੜੀ ਪਰਸੈਂਟ ਟੈਕਸ ਇਨਕਰੀਸ ਕੀਤਾ ਜਾ ਰਿਹਾ ਉਹ ਬਿਲਕੁਲ ਗਲਤ ਜਿਹੜੀ ਇੱਕ ਇਨਫਰਮੇਸ਼ਨ ਬਾਹਰ ਭੇਜੀ ਗਈ ਹੈ ਕਿ ਇਸ ਬਿਆਨ ਤੋਂ ਇਹ ਗੱਲ ਬਾਤ ਤਾਂ ਨਹੀਂ ਲੱਗਦੀ ਕਿ ਪ੍ਰੋਵੈਂਸ਼ੀਅਲ ਚੋਣਾਂ ਦੀ ਚਰਚਾ ਵੀ ਚੱਲਦੀ ਹੈ ਕਿ ਟਾਈਮ ਤੋਂ ਪਹਿਲਾਂ ਹੋ ਸਕਦੀਆਂ ਨੇ ਕਿ ਮੇਅਰ ਇਹ ਥ੍ਰੈਟ ਪ੍ਰੋਵਿੰਸ਼ੀਅਲ ਸਰਕਾਰ ਨੂੰ ਦੇਣ ਦੀ ਗੱਲਬਾਤ ਕਰਦੀ ਹੋਵੇ ਕਿ ਲੋਕਾਂ 'ਚ ਪੈਨਿਕ ਕ੍ਰੀਏਟ ਕਰਦੀ ਹੈ ਕਿ ਪ੍ਰੋਪਰਟੀ ਟੈਕਸ ਵੱਧ ਰਿਹਾ ਹੈ ਤੇ ਬਾਅਦ ਦੇ ਵਿੱਚ ਜੇ ਸਰੀ ਪੁਲਿਸ ਵੱਲ ਪ੍ਰੋਵਿੰਸ਼ੀਅਲ ਸਰਕਾਰ ਜਾਂਦੀ ਹੈ ਤਾਂ ਟੈਕਸ ਵਧਾ ਕੇ ਕਿਹਾ ਜਾਵੇ ਕਿ ਇਹ ਤਾਂ ਜਿਹੜੀ BCNDP ਦੀ ਸਰਕਾਰ ਆ ਉਹਦੇ ਕਰਕੇ ਬੋਝ ਲੋਕਾਂ ਤੇ ਵਧਿਆ ਕਿਉਂਕਿ ਪੁਲਿਸ ਤਬਦੀਲੀ ਕੀਤੀ ਹੈ ਨੇ ਨੇ ਦੇਖੋ ਕਿਸੇ ਵੀ ਰੀਜ਼ਨ ਕਰਕੇ ਜਿਹੜਾ 55% ਟੈਕਸ ਇਨਕਰੀਸ ਆ ਉਹ ਹੋ ਨਹੀਂ ਸਕਦਾ ਸੋ ਜੇ ਇਹ ਫਿਰ ਵੀ ਟੈਕਸਸ ਵਧਾਉਂਦੇ ਨੇ ਹੁਣ ਮੇਅਰ ਮਿਕਾਲਮ ਨੇ 2018 ਤੋਂ ਲੈ ਕੇ 2022 ਤੱਕ 2.9% ਜਿਹੜਾ ਪ੍ਰਾਪਰਟੀ ਟੈਕਸ ਹੈ ਰੱਖਿਆ ਸੀਗਾ ਅਗਲੇ 4 ਸਾਲ ਦੀ ਜਿਹੜੀ ਸਾਡੀ ਸੇਫ ਸਰੀ ਕੋਲੀਸ਼ਨ ਦੀ ਜਿਹੜੀ ਸਾਡੀ ਕਮਿਟਮੈਂਟ ਸੀਗੀ 2.9% ਕਿਉਂਕਿ ਰੈਸੈਸ਼ਨ ਹੈ ਬਹੁਤ ਲੋਕਾਂ ਦੇ ਬਿਜ਼ਨੈਸ ਸਲੋ ਹੋ ਗਏ ਨੇ ਬਹੁਤ ਲੋਕਾਂ ਦੇ ਕੰਮ ਜਾ ਰਹੇ ਨੇ ਇੰਟਰਸਟ ਰੇਟ ਬਹੁਤ ਜ਼ਿਆਦਾ ਹਾਈਕ ਹੋ ਗਏ ਨੇ ਸਾਡੀਆਂ ਮਾਰਗੇਜ ਪੇਮੈਂਟਸ ਵੀ ਪਹਿਲਾਂ ਬਹੁਤ ਜ਼ਿਆਦਾ ਹੋ ਗਈਆਂ ਨੇ ਉਸ ਤੋਂ ਉੱਪਰ ਜੇ ਅਸੀਂ ਹੋਰ ਪ੍ਰਾਪਰਟੀ ਟੈਕਸ ਹੋਰ ਐਡ ਕਰਦੇ ਆਂਗੇ ਉਹ ਬਹੁਤ ਐਕਸਟਰਾ ਬਰਡਨ ਪਾਏਗਾ ਸੋ ਇਹ ਹੁਣ ਟਾਈਮ ਹੈ ਕਿ ਜਿਹੜਾ 2.9% ਟੈਕਸ ਜਿਹੜਾ ਚੱਲ ਰਿਹਾ 2018 ਤੋਂ ਅਗਲੇ 4 ਸਾਲ ਜੇ ਮੇਅਰ ਮਿਕਲਮ ਡਗ ਮਿਕਲਮ ਸਾਰੇ ਨੂੰ ਪਤਾ ਕਿ ਉਹਨਾਂ ਨੇ ਜੋ ਵੀ ਪ੍ਰੋਮਿਸਸਿਸ ਕੀਤੇ ਉਹ ਆਲਵੇਸ ਨਿਭਾਉਂਦੇ ਰਹੇ ਆ ਜੇ ਉਹ 2.9% ਆਪਣੀ ਕਮਿਟਮੈਂਟ ਕਰ ਸਕਦੇ ਸੀ ਸੋ ਮੇਅਰ ਬ੍ਰਿੰਡਾ ਲੋਕ ਕਿਉਂ ਨਹੀਂ ਕਰ ਸਕਦੇ ਕਿਉਂ 2.9% ਤੇ ਅਗਲੇ 4 ਸਾਲ ਇਹਨਾਂ ਪ੍ਰਾਪਰਟੀ ਟੈਕਸਿਸ ਨੂੰ ਕਿਉਂ ਨਹੀਂ ਫ੍ਰੀਜ਼ ਕਰ ਸਕਦੇ ਕਿਉਂਕਿ ਸਾਡੀਆਂ ਮਾਰਗੇਜ ਪੇਮੈਂਟਸ ਦੇ ਨਾਲ ਇਹਨਾਂ ਜਿਆਦੀਆਂ ਵਧ ਗਈਆਂ ਕਿ ਅਸੀਂ ਆਲਰੇਡੀ ਸਟਰਗਲ ਕਰ ਰਹੇ ਹਾਂ ਸੋ ਆਈ ਹੋਪ ਇਦਾਂ ਦਾ ਕੁਝ ਨਾ ਹੋਵੇ ਆਈ ਹੋਪ ਹੁਣ ਅਸੀਂ ਬਜਟ ਜਿਹੜਾ ਆ ਉਹਨੂੰ ਅਸੀਂ ਦੇਖਾਂਗੇ ਬਜਟ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਨੋਰਮਲੀ ਇਹ 크ਿਸਮਸ ਤੋਂ ਪਹਿਲੇ ਹੋ ਜਾਂਦਾ ਪਰ ਇਸ ਵਾਰੀ ਇਸ ਵਾਰੀ ਬਹੁਤ ਡਲੇ ਹੈਗਾ ਸੋ ਇਦਾਂ ਦੇ ਪ੍ਰੋਪੋਜ਼ਲ ਆਈ ਹੋਪ ਨਾ ਹੋਣਗੇ ਟੇਬਲ ਤੇ ਨਗਰਾ ਸਰਬ ਇੱਕ ਚਰਚਾ ਹੋਰ ਲੋਕਾਂ ਦੇ ਵਿੱਚ ਚੱਲਦੀ ਹੈ ਉਹ ਕਹਿੰਦੇ ਕਿ ਪੁਲਿਸ ਦਾ ਮਸਲਾ ਚਲੋ ਗੰਭੀਰ ਰਹਿਦੇ ਤੇ ਚਰਚਾ ਹੋਣੀ ਚਾਹੀਦੀ ਹੈ ਪਰ ਕੀ ਸਿਟੀ ਕਾਉਂਸਲਸ ਦੀ ਮੀਟਿੰਗ ਦੇ ਵਿੱਚ ਹੋਰ ਡਿਵੈਲਪਮੈਂਟ ਦੇ ਮੁੱਦੇ ਤੇ ਗੱਲਬਾਤ ਹੋ ਰਹੀ ਹੈ ਪ੍ਰੋਬਲਮਸ ਤਾਂ ਸਰੀ ਦੀਆਂ ਹੋਰ ਵੀ ਬਹੁਤ ਨੇ ਕਿ ਉਹਦੇ ਤੇ ਮੇਅਰ ਦਾ ਧਿਆਨ ਜਿਹੜਾ ਉਹ ਕੇਂਦ੍ਰਿਤ ਹੈ ਉਹਦੀ ਗੱਲਬਾਤ ਕਦੇ ਬਾਹਰ ਨਿਕਲ ਕੇ ਨਹੀਂ ਆਉਂਦੀ ਜੀ ਸੋ ਫਾਰ ਨਹੀਂ ਸੋ ਫਾਰ ਇੱਕ ਪੁਲਿਸਿੰਗ ਤੋਂ ਬਿਨਾ ਹੋਰ ਕਿਸੇ ਵੀ ਸਾਈਡ ਤੇ ਕੋਈ ਡਿਸਕਸ਼ਨਸ ਨਹੀਂ ਹੋਈਆਂ ਬਟ ਹੁਣ ਜਿਹੜੀ ਸਾਡੀ ਸਾਡੀ ਇਹ ਬ੍ਰੇਕ ਸੀਗੀ ਕ੍ਰਿਸਮਸ ਬ੍ਰੇਕ ਉਹ ਤੋਂ ਪਹਿਲਾਂ ਜਿਹੜੀ ਮੀਟਿੰਗ ਸੀਗੀ ਉਹਦੇ ਵਿੱਚ ਇਹ ਜਿਹੜੀ ਰਿਪੋਰਟ ਆ ਏ ਪ੍ਰੋਵਿੰਸ ਨੂੰ ਚਲੇ ਗਈ ਆ ਸੋ ਆਈ ਹੋਪ ਹੁਣ ਜਿਹੜੀ ਸਾਡੀ ਮੇਅਰ ਐਂਡ ਕਾਉਂਸਲ ਆ ਉਹ ਉਸ ਤੋਂ ਪੁਲਿਸ ਤੋਂ ਮੂਵ ਹੋ ਕੇ ਜਿਹੜੇ ਬਾਕੀ ਦੇ ਇਸ਼ੂਸ ਹੈਗੇ ਆ ਰੋਡਸ ਦਾ ਇਸ਼ੂਸ ਹੈਗਾ ਬਿਲਡਿੰਗ ਪਰਮਿਟਸ ਦਾ ਇਸ਼ੂ ਹੈਗਾ ਪਾਰਕਸ ਦਾ ਇਸ਼ੂ ਹੈਗਾ ਨਵੇਂ ਇੱਥੇ ਜਿੱਦਾ ਆਪਾਂ ਨਿਊਟਨ ਖੜੇ ਆਂ ਅੱਜ ਇੱਥੇ ਨਵੇਂ ਪਾਰਕਸ ਬਣਾਉਣ ਦੀ ਲੋੜ ਹੈਗੀ ਆ ਨਵੇਂ ਵਾਕਵੇਸ ਨਵੇਂ ਵਾਕਿੰਗ ਟਰੈਕ ਬਣਾਉਣ ਦੀ ਲੋੜ ਹੈਗੀ ਆ ਸਟੇਡੀਅਮ ਬਣਾਉਣ ਦੀ ਲੋੜ ਹੈਗੀ ਆ ਸ਼ਾਇਦ ਹੁਣ ਅਸੀਂ ਸ਼ਾਇਦ ਮੇਅਰ ਐਂਡ ਕਾਉਂਸਲ ਇਹ ਡਾਇਰੈਕਸ਼ਨ ਦਵੇ ਮжоਰਿਟੀ ਜਿਹੜੀ ਉਹਨਾਂ ਦੀ ਟੀਮ ਹੈਗੀ ਆ ਕਿ ਅਸੀਂ ਹੁਣ ਜਿਹੜੇ ਬਾਕੀ ਦੇ ਜ ਕੀ ਹਾਊਸਿੰਗ ਨੂੰ ਲੈ ਕੇ ਲੱਗਦਾ ਕਿ ਮੇਅਰ ਕੋਲੇ ਕੋਈ ਵਿਜ਼ਨ ਹੈ ਕਿਉਂਕਿ ਹਾਊਸਿੰਗ ਦੀ ਸਮੱਸਿਆ ਸਭ ਤੋਂ ਵੱਡੀ ਹੈ ਇਸ ਇਲਾਕੇ ਦੇ ਵਿੱਚ ਸੋ ਫਾਰ ਸੋ ਫਾਰ ਇਸ ਨਮੀ ਕਾਉਂਸਲ ਦੇ ਵਿੱਚ ਮੈਂ ਜਿੰਨੀ ਵੀ ਪ੍ਰੋਪੋਜ਼ਲਸ ਆਏ ਉਹਨਾਂ ਦੀ ਅਸੀਂ ਸਪੋਰਟ ਕੀਤੀ ਪਿਛਲੇ 4 ਸਾਲ ਵੀ ਕੀਤੀ ਪਰ ਸੋ ਫਾਰ ਅਸੀਂ ਕਲੋਜ਼ ਟੂ 2000 ਜਿਹੜੇ ਘਰ ਆ ਨਵੇਂ ਉਹਨਾਂ ਨੂੰ ਅਸੀਂ ਰਿਜੈਕਟ ਕਰ ਉਹਨਾਂ ਨੂੰ ਬੈਕ ਪੇਜ ਭੇਜਤਾ ਕਾਉਂਸਲ ਦੇ ਵਿੱਚ ਉਹਨਾਂ ਦੀ ਰੀਜਨਸ ਕੋਈ ਨਾ ਕੋਈ ਬਹੁਤ ਛੋਟੀਆਂ ਰੀਜਨਸ ਦੇ ਕਰਕੇ ਉਹਨਾਂ ਨੂੰ ਬੈਕ ਪੇਜੇ ਦਿੱਤਾ ਉਹ ਪ੍ਰੋਪਰਟ ਨੂੰ ਮੁੜ ਕੇ ਬੈਕ ਕਾਉਂਸਲ ਟੇਬਲ ਤੇ ਆਉਣ ਨੂੰ ਪਤਾ ਨਹੀਂ ਕਿੰਨੇ ਸਾਲ ਲੱਗਣਗੇ ਪਰ ਸੋ ਫਾਰ ਅਸੀਂ ਤਿੰਨਾਂ ਜਾਂ ਚਾਰਾਂ ਮਹੀਨੇ ਦੇ ਵਿੱਚ 2000 ਘਰ ਜਿਹੜੇ ਆ ਉਹ ਡਿਨਾਈ ਕਰ ਦਿੱਤੇ ਆ ਈਵਨ ਦੋ ਹਾਊਸਿੰਗ ਕ੍ਰਾਈਸਿਸ ਚੱਲ ਰਹੀਆਂ ਸੋ ਆਈ ਹੋਪ ਫਿਊਚਰ ਦੇ ਵਿੱਚ ਇਦਾਂ ਦਾ ਕੁਝ ਨਾ ਹੋਵੇ ਤੇ ਜਿਹੜੀ ਅਸੀਂ ਆਪਣੀ ਜਿਹੜੀ ਅਫੋਰਡੇਬਿਲਟੀ ਨੂੰ ਕਿਉਂਕਿ ਅਸੀਂ ਹਾਊਸਿੰਗ ਪ੍ਰੋਵਾਈਡ ਕਰਾਂਗੇ ਤੇ ਅਫੋਰਡੇਬਿਲਟੀ ਅਸੀਂ ਸਪਲਾਈ ਇਨਕਰੀਸ ਕਰਾਂਗੇ ਉਨੀ ਜ਼ਿਆਦਾ ਡਿਮਾਂਡ ਘਟੇਗੀ ਸੋ ਇਹਦੇ ਨਾਲ ਆਈ ਹੋਪ ਕਿ ਇਹ ਹੁਣ ਜਿਹੜਾ ਨਵੀਂ ਮੇਰਨ ਕਾਉਂਸਲ ਅੰਡਰਸਟੈਂਡ ਕਰਨਗੇ ਕਿ ਅਸੀਂ ਹਾਊਸਿੰਗ ਕ੍ਰਾਈਸਿਸ ਦੇ ਵਿੱਚ ਹੈਗੇ ਆ ਤਾਂ ਕਿ ਵੱਧ ਤੋਂ ਵੱਧ ਜਿਹੜੀ ਡਿਵੈਲਪਮੈਂਟਸ ਹੈ ਅਪਰੂਵ ਕਰਨ ਬਹੁਤ ਬਹੁਤ ਧੰਨਵਾਦ ਨਾਗਰਾ ਸਾਹਿਬ ਥੈਂਕ ਯੂ ਸੋ ਮਚ ਸੋ ਇਹ ਸੰਦੀਪ ਸਿੰਘ ਨਾਗਰਾ ਜਿਨ੍ਹਾਂ ਨੇ ਗੱਲਬਾਤ ਕੀਤੀ ਹੈ ਪੁਲਿਸਿੰਗ ਦੇ ਮਸਲੇ ਨੂੰ ਲੈ ਕੇ ਪਰ ਇਸ ਸਮੇਂ ਜਿਹੜਾ ਸਵਾਲ ਖੜਾ ਹੋਇਆ ਕਿ ਪੁਲਿਸ ਦੇ ਬਾਰੇ ਫੈਸਲਾ ਪ੍ਰੋਵਿੰਸ਼ੀਅਲ ਸਰਕਾਰ ਨੇ ਕਰਨਾ ਪਰ ਸਿਟੀ ਕਾਉਂਸਲ ਦੀਆਂ ਕੁਝ ਹੋਰ ਜ਼ਿੰਮੇਵਾਰੀਆਂ ਵੀ ਹੁੰਦੀਆਂ ਨੇ ਤੇ ਉਹ ਜ਼ਿੰਮੇਵਾਰੀਆਂ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਇਸ ਸਮੇਂ ਬਣੀਆਂ ਹੋਈਆਂ ਨੇ ਕਿ ਬਾਕੀ ਜਿਹੜੇ ਸਿਟੀ ਦੇ ਕਰਨ ਵਾਲੇ ਕੰਮਕਾਜ ਆ ਬੇਸ਼ੱਕ ਹਾਊਸਿੰਗ ਪ੍ਰੋਬਲਮ ਐ ਪਾਰਕਸ ਦੀ ਗੱਲ ਐ ਰੋਡਸ ਦੀ ਗੱਲ ਐ ਤਾਂ ਉਹਦੇ ਉੱਪਰ ਵੀ ਮੇਅਰ ਨੂੰ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਕੈਮਰਾਮੈਨ ਅਮਿਤ ਪਨੇਸਰ ਦੇ ਨਾਲ ਅਰਸ਼ਦੀਪ ਸਿੰਘ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।